ਕਿ ਜਿਹੜੇ ਚੌਧਰੀ ਸਰਦਾਰ ਮੋਹਨ ਡੋਗਰ ਸੀ ਉਹ ਪੜ੍ਹਦੇ ਸੀ ਉਸ ਜ਼ਮਾਨੇ, ਅਤੇ ਉਹ ਲਿਖਦਾ ਕਿ ਮੈਂ ਕਾਲਜ 'ਚ ਪੜ੍ਹਦਾ ਸੀ, ਪਹਿਲੀ ਖਬਰ ਸੁਣੀ ਕਿ ਅਯੂਬ ਜਿਹੜਾ ਉਹਨੇ ਕਬਜ਼ਾ ਕਰ ਲਿਆ, ਅਸੀਂ ਮਿਠਾਈਆਂ ਲੈ ਕੇ ਗਿਆ ਅਤੇ ਸਾਡਾ ਪ੍ਰੋਫੈਸਰ ਜਿਹੜਾ ਸੀ ਉਜ਼ਾਰ ਉਤਾਰ ਰਿਹਾ, ਔਰ ਅਸਤੀਫਾ ਦੇ ਕੇ ਉਸੇ ਨਿਕਲ ਗਿਆ ਇਸ ਮੁਲਕ 'ਚੋਂ। ਉਹਨੇ ਆਖਿਆ ਬੱਚੋ ਅਫਸੋਸ ਹੈ ਵੀ ਤੁਸੀਂ ਪੜ੍ਹ ਕੇ ਮਾਰਸ਼ਲ ਲਾ 'ਤੇ ਖੁਸ਼ੀਆਂ ਮਨਾਉਂਦੇ, ਇਹ ਕੋਈ ਹਕੂਮਤ ਹੁੰਦੀ? ਅੰਧੇਰ ਹੁੰਦਾ ਵੀ ਜੋ ਜੀ ਚਾਹੇ ਕਰੇ, ਅੱਛਾ ਕਰੇ ਜਾਂ ਬੁਰਾ ਕਰੇ, ਕੋਈ ਕੁਛ ਨਹੀਂ ਕਹਿ ਸਕਦਾ। ਉਹਦੇ ਸਾਹਮਣੇ ਸਾਰੇ ਬੇਬਸ ਹੁੰਦੇ ਆ, ਖੁਦਾ ਦਾ ਨਾਮ ਮੰਨੋ, ਇਹੋ ਜਿਹੀ ਚੀਜ਼ ਦਾ ਖੁਸ਼ੀਆਂ ਮਨਾਉਣ ਦੀ। ਅਸਤੀਫਾ ਦੇ ਕੇ ਮੁਲਕ ਛੱਡ ਦਿੱਤਾ ਕਿ ਇਹ ਮੁਲਕ ਰਹਿਣ ਦੇ ਕਾਬਲ ਨਹੀਂ, ਜਿੱਥੇ ਆਜ਼ਾਦੀ ਕੋਈ ਨਹੀਂ, ਆਜ਼ਾਦੀ ਹੋਣੀ ਚਾਹੀਦੀ। ਔਰ ਆਜ਼ਾਦੀ ਐਸੀ ਕਿ ਕੋਈ ਬੜੇ ਤੋਂ ਬੜਾ ਵੀ ਗਲਤ ਕੰਮ ਕਰੇ ਤਾਂ ਉਹਨੂੰ ਪਕੜ ਲਿਆ, ਛੱਡਿਆ ਨਾ। ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ, ਹਜ਼ਰਤ ਉਬੈ ਬਨਕਾ, ਇਹਨਾਂ ਦਾ ਆਪਸ ਹੋ ਗਿਆ ਕਿਸੇ ਜ਼ਮੀਨ ਦੇ ਬਾਰੇ, ਵਿਆਹ ਜਗ੍ਹਾ ਸਰਕਾਰ ਨੇ ਲੈਣੀ ਇੱਥੇ ਕੋਈ ਮੁਸਲਮਾਨਾਂ ਦਾ ਕੰਮ, ਉਹਨੂੰ ਆਖਿਆ ਮੈਂ ਕੋਈ ਨਹੀਂ ਜਾਂਦਾ। ਔਰ ਕਿੱਸਾ ਜਿਹੜਾ ਸੀ ਉਹ ਹੁੰਦਿਆਂ ਹੁੰਦਿਆਂ ਕਹਿਣ ਲੱਗੇ ਵੀ ਹਜ਼ਰਤ ਜ਼ੈਦ ਬਿਨ ਸਾਬਤ ਕਿ ਚਲੋ ਉਹਨਾਂ ਨੂੰ ਸਾਲਸ ਮੰਨ ਲਿਆ ਗਏ। ਉਹਨਾਂ ਆਖਿਆ ਯਾਰ ਮੈਂ ਉਮਰ ਕੋਈ ਫੈਸਲਾ ਨਹੀਂ ਸੁਣਾਉਂਦਾ ਨਾ ਤੇਰੇ ਆਖਿਆ ਉਹਦੇ, ਮਗਰ ਇੱਕ ਰਸੂਲ ਕਰੀਮ ਅਲੈਹਿ ਸਲਾਮ ਦੀ ਰਵਾਇਤ ਸੁਣਾਉਣਾ ਕਿ ਹਜ਼ਰਤ ਦਾਊਦ ਅਲੈਹਿ ਸਲਾਮ ਜਦੋਂ ਚਾਹਿਆ ਨਾ ਮਸਜਿਦ ਅਕਸਾ ਬਣਾਵਾਂ, ਪਹਿਲਾਂ ਇਰਾਦਾ ਉਹਨਾਂ ਦਾ ਨਕਸ਼ਾ ਉਹਨਾਂ ਨੇ ਬਣਾਇਆ, ਮਗਰ ਅੱਲਾਹ ਨੇ ਰੋਕ ਬਜਾ ਤੇਰੀ ਸਰਕਟ ਉਹਨਾਂ ਨੂੰ ਬੰਦ ਆ, ਤੂੰ ਨਾ ਮੇਰਾ ਘਰ ਬਣਾਏ ਜਰਾ। ਉਹਨਾਂ ਮਿਹਨਤ ਕਰ ਰਹੀ, ਚਲੋ ਮੇਰੇ ਬੇਟੇ ਨੂੰ ਇਜਾਜ਼ਤ ਮੰਨੇ, ਸਿਰਫ ਇੱਕ ਔਰਤ ਦੀ ਕੋਠੜੀ ਆਉਂਦੀ ਸੀ ਇੱਕ ਕੋਨੇ 'ਚ ਜਿਹਦੇ ਨਾਲ ਨਕਸ਼ਾ ਟੇਢਾ ਹੁੰਦਾ ਸੀ, ਮਾਈ ਨੂੰ ਆਖਿਆ, ਉਹਨੇ ਆਖਿਆ ਮੈਂ ਕੋਈ ਨਹੀਂ ਜਾਣਾ। ਇਹਨਾਂ ਆਖਿਆ ਜ਼ਬਰਦਸਤੀ ਢਾਹ ਦਿਓ, ਅਸੀਂ ਮਸਜਿਦ ਹੀ ਬਣਾਉਣੀ। ਹੁਕਮ ਆ ਗਿਆ ਕਿ ਦਾਊਦ ਤੈਨੂੰ ਮਸਜਿਦ ਬਣਾਉਣ ਤੋਂ ਰੋਕ ਪਾਈ, ਤੂੰ ਕਿਸੇ ਦੀ ਪ੍ਰਾਪਰਟੀ ਜ਼ਬਰਦਸਤੀ ਛੀਨਣਾ। ਇਹਨਾਂ ਫਿਰ ਆਖਿਆ ਚੱਲ ਮੇਰੇ ਬੇਟੇ ਨੂੰ ਇਜਾਜ਼ਤ ਦੇ। ਅੱਲਾਹ ਨੇ ਆਖਿਆ ਠੀਕ। ਹਜ਼ਰਤ ਉਮਰ ਨੇ ਆਖਿਆ ਤੌਬਾ ਮੇਰੀ, ਮੈਂ ਬਾਜ਼ ਆਇਆ ਮਸਜਿਦ ਨਬੀ ਬਣਾਉਣ ਤੋਂ। ਉਸੇ ਉਹ ਸਾਹਬੀ ਨੇ ਆਖਿਆ ਲਓ ਮੈਂ ਖੁਸ਼ੀ ਨਾ ਦਿੰਦਾ, ਸਿਰਫ ਤੈਨੂੰ ਇਹ ਵਿਖਾਉਣਾ ਸੀ ਇਸਲਾਮ ਖਲੀਫੇ ਖਲੂਫੇ ਕੋਈ ਨਹੀਂ, ਮੈਂ ਜੋ ਮਰਜ਼ੀ ਕਰਦੇ ਫਿਰ ਉਹਦੇ ਚਾਦਰੀ ਆ ਕਾਨੂੰਨ ਆ, ਔਰ ਉਹ ਸਾਰੀ ਦੁਨੀਆ ਨੇ ਇਹ ਕਿਹਾ ਜ਼ਬਰਦਸਤੀ ਨਹੀਂ ਕਰਦਾ। ਇਸਲਾਮ ਰੋਸ਼ਨ ਦੀਨ ਹੈ, ਨੂਰ ਹੀ ਨੂਰ ਹੈ, ਸਾਡੀ ਆਪਣੀ ਬਦਕਿਸਮਤੀ ਅਸੀਂ ਸਮਝਦੇ ਸਮਝਦੇ ਕੋਈ ਨਹੀਂ। ਇਸ 'ਤੇ ਵੀ ਬਿਆਨ ਹੋ ਗਿਆ।